ਤੁਸੀਂ ਦੇਖ ਰਹੇ ਹੋ ਈ ਪੰਜਾਬ ਟੀਵੀ। ਇਸ ਵੇਲੇ ਆਪਾਂ ਮੌਜੂਦ ਆ ਡੇਰਾ ਰੋਡ ਫਤਿਹਗੜ੍ਹ ਚੂੜੀਆਂ ਉੱਪਰ ਪਿੰਡ ਨਜ਼ਦੀਕ ਢਾਂਡਿਆਂ ਵਿਖੇ, ਜਿੱਥੇ ਕਿ PWD ਮਹਿਕਮੇ ਵੱਲੋਂ ਜਿਹੜੀ ਆ 33 ਫੁੱਟ ਜਿਹੜੀ ਸੜਕ ਆ ਨਵੇਂ ਸਿਰੇ ਤੋਂ ਬਣਾਈ ਗਈ ਆ। ਪਰ ਇਲਾਕੇ ਭਰ ਦੇ ਲੋਕਾਂ ਵੱਲੋਂ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਜਿਹੜੇ ਸੜਕ ਦੇ ਦੋਵੇਂ ਪਾਸੇ ਜਿਹੜੇ ਬਿਜਲੀ ਵਾਲੇ ਖੰਭੇ ਸੀ ਉਹਨਾਂ ਨੂੰ ਨਹੀਂ ਹਟਾਇਆ ਗਿਆ ਅਤੇ ਇਹ ਦੋਵੇਂ ਪਾਸੇ ਜਿਹੜੇ ਬਿਜਲੀ ਦੇ ਖੰਭੇ ਆ ਉਹ ਸੜਕ ਦੇ ਵਿੱਚ ਆ ਗਏ ਨੇ। ਤੁਹਾਨੂੰ ਦਿਖਾਉਂਦੇ ਹਾਂ ਕਿ ਆਹ ਦੇਖੋ ਸੜਕ ਦੇ ਜਿਹੜੇ ਵਿੱਚ ਨੇ ਇਹ ਖੰਭੇ ਆ ਗਏ ਨੇ, ਜਿਸ ਨਾਲ ਐਕਸੀਡੈਂਟ ਅਤੇ ਹਾਦਸੇ ਹੋਣ ਦਾ ਜਿਹੜਾ ਖਦਸ਼ਾ ਬਣਿਆ ਰਹੇਗਾ। ਉੱਤੋਂ ਉੱਪਰੋਂ ਵੀ ਦੋ ਪਾਸੇ ਤੁਹਾਨੂੰ ਦਿਖਾਉਂਦੇ ਹਾਂ ਬਿਜਲੀ ਦੇ ਖੰਭੇ, ਉਸ ਸਾਈਡ ਤੋਂ ਵੀ ਦਿਖਾਉਂਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਸੜਕ ਦੇ ਵਿੱਚ ਹੀ ਜਿਹੜੇ ਨੇ ਖੰਭੇ ਆ ਗਏ ਨੇ, ਜਿਸ ਨਾਲ ਹਾਦਸਾ ਹੋਣ ਦਾ ਜਿਹੜਾ ਵਾ ਖਤਰਾ ਬਣਿਆ ਰਹੇਗਾ। ਸਾਰੀ ਜਦ ਆਪਾਂ ਦੇਖੀਏ ਤਾਂ ਫਤਿਹਗੜ੍ਹ ਚੂੜੀਆਂ ਤੋਂ ਲੈ ਕੇ ਜਿੱਥੋਂ ਤੱਕ ਸੜਕ ਬਣੀ ਹੈ ਲਾਲੇ ਨੰਗਲ ਤੋਂ ਅੱਗੇ, ਇਹ ਜਿਹੜੇ ਬਿਜਲੀ ਦੇ ਖੰਭੇ ਨੇ ਇਹ ਦੋਵੇਂ ਪਾਸੇ ਦੋਵੇਂ ਸਾਈਡਾਂ ਦੇ ਸੜਕ ਦੇ ਜਿਹੜੇ ਨੇ ਉਹ ਵਿੱਚ ਆਏ ਨੇ। ਅਤੇ ਜੋ ਨਿਯਮ PW ਦਾ ਜਾਂ ਸਰਕਾਰ ਦਾ ਨਿਯਮ ਅਨੁਸਾਰ ਜਿਹੜੇ ਆ ਦੋਵੇਂ ਪਾਸੇ ਖੰਭੇ ਜਿਹੜੇ ਆ 5-5 ਫੁੱਟ ਜਿਹੜੇ ਆ ਉਹ ਦੋਵਾਂ ਪਾਸਿਆਂ ਤੋਂ ਹੇਠਾਂ ਵਾਲੇ ਪਾਸੇ ਹੋਣੇ ਚਾਹੀਦੇ, ਬਰਮ ਜਿਹੜੇ ਬਰਮਾਂ ਦੇ ਪਰਲੇ ਸਾਈਡ 'ਤੇ ਹੋਣੇ ਚਾਹੀਦੇ, 5-5 ਫੁੱਟ ਜਿਹੜੇ ਆ ਸੜਕ ਤੋਂ ਦੋਵਾਂ ਸਾਈਡਾਂ ਤੋਂ ਜਿਹੜੇ ਆ ਸਾਈਡ 'ਤੇ ਹੋਣੇ ਚਾਹੀਦੇ। ਪਰ ਇਹ ਜਿਹੜੇ PW ਦੀ ਅਸੀਂ ਨਲਾਇਕੀ ਕਹਿ ਲਈਏ ਕਿ ਉਹਨਾਂ ਦੀ ਨਲਾਇਕੀ ਕਾਰਨ ਇਹ ਜਿਹੜੇ ਪਹਿਲਾਂ ਉਹਨਾਂ ਸੜਕ ਬਣਾ ਲਈ ਆ, ਜੇ ਹੁਣ ਜੇ ਸੜਕ ਬਣਾਉਣ ਤੋਂ ਬਾਅਦ ਜੇ ਖੰਭੇ ਪੁੱਟਦੇ ਆ ਤਾਂ ਉਹ ਫਿਰ ਜਿਹੜਾ ਵਾ ਦੁਬਾਰਾ ਜਿਹੜਾ ਵਾ ਨੁਕਸਾਨ ਹੋਵੇਗਾ ਅਤੇ ਖੰਭਿਆਂ ਵਿੱਚ ਖੰਭੇ ਪੁੱਟਣ ਨਾਲ ਉੱਥੇ ਟੋਏ ਪੈਣਗੇ, ਸੜਕ ਫਿਰ ਖਰਾਬ ਹੋਵੇਗੀ, ਜਿਸ ਨਾਲ ਸਰਕਾਰ ਨੂੰ ਲੱਖਾਂ ਰੁਪਈਆਂ ਦਾ ਜਿਹੜਾ ਵਾ ਨੁਕਸਾਨ ਹੋ ਸਕਦਾ ਹੈ। ਤਾਂ ਗੱਲਬਾਤ ਕਰਦੇ ਹਾਂ ਵੱਖ ਵੱਖ ਲੋਕਾਂ ਨਾਲ ਜਿਨ੍ਹਾਂ ਵਿੱਚ ਇਹ ਖੰਭਿਆਂ ਨੂੰ ਲੈ ਕੇ ਨਿਰਾਸ਼ਾ ਹੈ। ਹਾਂਜੀ, ਜਿਹੜੀ ਆ PWD ਮਹਿਕਮੇ ਵੱਲੋਂ ਜਿਹੜੀ ਸੜਕ ਸੜਕ ਦੇ ਵਿੱਚ ਜਿਹੜੇ ਨਿਯਮਾਂ ਅਨੁਸਾਰ ਜਿਹੜੇ ਬਿਜਲੀ ਦੇ ਖੰਭੇ ਸੀਗੇ ਇਹ ਸੜਕ ਦੇ ਜਿਹੜੇ 5 ਫੁੱਟ ਉੱਪਰ ਹਟਾ ਕੇ ਇਹਨਾਂ ਨੂੰ ਲਗਾ ਕੇ ਫਿਰ ਸੜਕ ਹੋਣੀ ਚਾਹੀਦੀ ਸੀਗੀ, ਕੀ ਕਹਿੰਦੇ ਹੋ? ਖੰਭੇ ਆ ਇਹਨਾਂ ਹਟਾਇਆ ਜਾਵੇ, ਇਹ 5 ਫੁੱਟ ਜਿਹੜੇ ਸੜਕ ਤੋਂ ਦੂਰ ਕੀਤੇ ਜਾਣ। ਹੁਣ ਜੇ ਸੜਕ ਬਣੀ ਆ ਤਾਂ ਵੇਖੋ ਬਹੁਤ ਵਧੀਆ ਗੱਲ ਹੋਈ ਹੈ, ਨਵੀਂ ਸੜਕ ਬਣੀ ਆ, ਪਰ ਐਕਸੀਡੈਂਟ ਹੋਣ ਦਾ ਖਤਰਾ ਇਹਦੇ ਵਿੱਚ ਬਹੁਤ ਜ਼ਿਆਦਾ ਹੈ। ਵੇਖ ਕਵਰ ਕਰੋ ਕਿ ਇਹ ਸਾਰੇ ਰੋਡ ਦੇ ਵਿੱਚ ਆ। ਹਾਂ, ਦੇਖ ਰਹੇ ਆ, ਦੇਖੋ ਆ ਨਾ ਖੰਭੇ ਵੀ ਇੱਧਰ ਵੀ ਆ, ਉਹ ਦੂਸਰੇ ਪਾਸੇ ਵੀ ਆ, ਅਸੀਂ ਕਹਿੰਦੇ ਆ ਦਿਖਾਓ ਜੀ। ਆ ਵੇਖੋ ਦੋਨਾਂ ਪਾਸੇ ਜਿਹੜੇ ਸੜਕ ਦੇ ਵਿੱਚ ਨੇ ਜਿਹੜੇ ਖੰਭੇ, ਇਹਦੇ ਨਾਲ ਆਉਣ ਜਾਣ ਵਾਲਾ ਕਿਸੇ ਵੇਲੇ ਵੀ ਜਿਹੜਾ ਵਾ ਹਾਦਸਾ ਵਾਪਰ ਸਕਦਾ ਵਾ, ਜਿਸ ਨਾਲ ਲੋਕ ਪਰੇਸ਼ਾਨ ਨੇ। ਹਾਂਜੀ, ਕੈਮਰਾ ਉੱਪਰ ਮਾਰੋ, ਵੇਖੋ ਜੀ ਵੱਡੀ ਹੈ ਵੀ ਦੇਖੋ ਲੱਗਣ ਦਾ ਚਾਂਸ ਪੂਰਾ, ਵੇਖੋ ਉੱਤੇ ਕੈਮਰਾ ਮਾਰੋ। ਹਜੇ 5 ਫੁੱਟ ਦਾ ਕੱਚਾ ਬਰਫ ਪੜਨਾ ਇਹਦੇ ਨਾਲ, ਉਹ ਤੋਂ ਬਾਹਰ ਖੰਭੇ ਜਾਣੇ ਖੰਭੇ ਜਾਣੇ। ਹਾਂਜੀ, ਕੀ ਕਹਿੰਦੇ? ਹਾਂਜੀ, ਇਹ ਸੜਕ ਜਿਹੜੀ 33 ਫੁੱਟ ਬਣਨ ਤੋਂ ਬਾਅਦ 5 ਫੁੱਟ ਦਾ ਬਰਮ ਬਣਨਾ, ਉਸ ਤੋਂ ਬਾਅਦ ਇਹ ਖੰਭੇ ਜਾਣੇ ਆ, ਫਿਰ ਇਹ ਕੰਪਲੀਟ ਹੋਣੀ ਆ। ਜਦੋਂ ਕਿ ਅਨਕੰਪਲੀਟ ਆ, ਦੁਬਾਰਾ ਜਦੋਂ ਖੰਭੇ ਪੁੱਟੇਗੇ ਫਿਰ ਇਹ ਸੜਕ ਖਰਾਬ ਹੋਣੀ ਆ, ਇਹ 33 ਫੁੱਟ ਵੀ ਕੰਪਲੀਟ ਨਹੀਂ ਹੋਈ। ਅੱਛਾ, ਜਦੋਂ ਦੁਬਾਰਾ ਇਹਨਾਂ ਨੂੰ ਖੰਭਿਆਂ ਨੂੰ ਪੁੱਟ ਕੇ ਸਾਈਡਾਂ ਤੇ ਲਾਇਆ, ਇੱਥੇ ਫਿਰ ਟੋਏ ਪੈ ਜਾਣੇ? ਬਿਲਕੁਲ ਟੋਏ ਪੈ ਜਾਣੇ, ਸੜਕ ਦਾ ਫਿਰ ਫਾਇਦਾ ਕੋਈ ਨਹੀਂ। ਫਾਇਦਾ ਕੋਈ ਨਹੀਂ ਆ, ਇੱਥੇ ਠੇਕੇਦਾਰ ਦਾ 5 ਫੁੱਟ ਦਾ ਬਰਮ ਦਾ ਵੀ ਨਾਲ ਠੇਕਾ ਹੋਇਆ, ਜਿਹੜਾ ਕਿ ਅਜੇ ਤੱਕ ਕੰਪਲੀਟ ਨਹੀਂ ਕੀਤਾ ਗਿਆ। ਬਿਜਲੀ ਬੋਰਡ ਨੂੰ ਵੀ ਕੰਪਲੀਟ ਕੀਤੀ ਆ, PWD ਨੂੰ ਵੀ ਕਿਹਾ ਗਿਆ ਵਾ, ਸਾਡੀ ਬਿਜਲੀ ਬੋਰਡ ਨਾਲ ਵੀ ਗੱਲ ਹੋਈ, ਉਹ ਵੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨੇ ਕਿ ਇਹ ਜਿਹੜੇ ਖੰਭੇ ਸੀ ਪਹਿਲਾਂ ਜਿਹੜੇ ਸੀ ਸੜਕ ਬਣ ਤੋਂ ਪਹਿਲਾਂ ਜਿਹੜੇ ਸੀਗੇ, ਪੁੱਟਣੇ ਚਾਹੀਦੇ, ਕਿਸੇ ਦਾ ਵੀ ਜਾਨੀ ਮਾਲੀ ਹਨੇਰੇ ਸਵੇਰੇ ਇੱਥੇ ਨੁਕਸਾਨ ਹੋ ਸਕਦਾ, ਇਸ ਕਰਕੇ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ। ਹਾਂਜੀ, ਕੀ ਕਹਿੰਦੇ? ਬਿਲਕੁਲ ਜੀ ਭਾਅ ਜੀ, ਰੋਡ ਬਿਲਕੁਲ ਸਹੀ ਬਣਿਆ ਹੈ, ਪਰ ਰੋਡ ਦੇ ਵਿੱਚ ਖੰਭੇ ਆਏ ਆ ਜੀ, ਇਹ 5 ਫੁੱਟ ਤੋਂ ਸਾਈਡ ਤੇ ਜਿਹੜੇ ਪੌਦੇ ਲਾਉਣੇ ਚਾਹੀਦੇ ਨੇ, ਕਿਉਂਕਿ ਜੇ ਆਉਣ ਵਾਲੀਆਂ ਜਿਹੜੀਆਂ ਮਸ਼ੀਨਰੀਆਂ ਨੇ ਕੋਈ ਵੀ ਹੈਵੀ ਵਹੀਕਲ ਆ ਉਹਨਾਂ ਦਾ ਵਿੱਚ ਵੱਜ ਕੇ ਨੁਕਸਾਨ ਹੋ ਸਕਦਾ ਹੈ। ਉੱਪਰ ਲਾਈਟ ਹੈ, ਲੈਵਣ ਕੇ ਵੀ ਭਾਅ ਜੀ ਲਾਈਟ ਲੰਘਦੀ, ਕਿਸੇ ਗੱਡੀ ਦੇ ਉੱਤੇ ਡਿੱਗ ਪੈਂਦੀ ਜਾਂ ਕਿਤੇ ਪੋਲ ਡਿੱਗ ਪੈਂਦਾ, ਕਿ ਐਕਸੀਡੈਂਟ ਦਾ ਪੂਰਾ ਕਾਰਨ ਹੈ। ਇਹਨੂੰ ਜਲਦੀ ਤੋਂ ਜਲਦੀ ਭਾਅ ਜੀ ਠੀਕ ਕੀਤਾ ਜਾਵੇ ਕਿ ਜੋ ਵੀ ਇਹਦੇ ਨਾਲ ਸਰਕਾਰ ਦਾ ਹੁਣ ਫਿਰ ਨੁਕਸਾਨ ਹੋਏਗਾ। ਸਰਕਾਰ ਵੇਖੋ, ਜਿਹੜੇ ਖੰਭੇ ਸੀਗੇ ਪਹਿਲਾਂ ਪੁੱਟਣੇ ਚਾਹੀਦੇ ਸੀਗੇ, ਬਾਅਦ ਵਿੱਚ ਜਿਹੜੀ ਸੜਕ ਫਿਰ ਜਿਹੜੇ ਵਹੀਕਲ ਦਾ ਟਾਇਰ ਫਸ ਗਿਆ ਉਹ ਐਕਸੀਡੈਂਟ, ਬਿਲਕੁਲ ਐਕਸੀਡੈਂਟ ਦਾ ਕਾਰਨ ਹੈ ਜੀ। ਬਹੁਤ ਹੀ ਗਲਤ ਤਰੀਕੇ ਨਾਲ ਬਣਾਈ ਗਈ ਹੈ, ਇੱਥੇ ਤੇ ਫਿਰ ਵੀ ਠੀਕ ਹੈ, ਆਪਾਂ 1 ਕਿਲੋਮੀਟਰ ਅੱਗੇ ਜਾਈਏ ਉੱਥੇ ਪੂਰੀ ਉੱਚੀ ਨੀਵੀਂ ਹੈ ਤੇ ਪੋਲ ਵੀ ਸਾਰੇ ਸੜਕ ਵੀ ਨਹੀਂ ਲੈਵਲ ਦੇ ਵਿੱਚ, ਇੱਥੇ ਵੀ ਜਗ੍ਹਾ ਦੇਖ ਲਓ ਕੀ ਬਣਾਇਆ ਹੋਇਆ ਹੈ, ਸਾਈਡ ਤੇ ਫੁੱਟਪਾਥ ਹੋਣਾ ਚਾਹੀਦਾ ਸੀ ਕਿ ਜਿੱਥੇ ਕਹਿੰਦੇ ਨੇ ਢੇਰੀਆਂ ਲਾਈਆਂ ਹੋਈਆਂ, ਇਹ ਉਦਾਂ ਹੀ ਸੜਕ ਭੁਰ ਜਾਣੀ ਕੁਝ ਸਮੇਂ ਬਾਅਦ। ਜਦੋਂ ਸੜਕ ਬਣ ਰਹੀ ਸੀਗੀ ਉਦੋਂ ਜਿਹੜਾ ਠੇਕੇਦਾਰ ਸੀ ਜਾਂ ਇੱਥੇ ਕੋਈ ਪ੍ਰਬੰਧਕ ਸੀ ਉਹਦੇ ਨਾਲ ਕੋਈ ਗੱਲ ਹੋਈ? ਉਹਨਾਂ ਨਾਲ ਆਪਾਂ ਗੱਲ ਕੀਤੀ ਹੋਈ ਹੈ, ਪਰ ਉਹ ਕਿਸੇ ਦੀ ਸੁਣਵਾਈ ਕਰਦੇ ਨਹੀਂ ਪਏ। ਸੁਣਵਾਈ ਕੋਈ? ਹਾਂਜੀ, ਸੁਣਵਾਈ ਕੋਈ ਨਹੀਂ। ਹਾਂਜੀ ਹਾਂਜੀ।
ਬਿਜਲੀ ਦੇ ਖੰਭੇ ਆ ਗਏ ਜੀ ਵਿੱਚ। ਪਹਿਲਾਂ ਮੈਂ ਪੀਡਬਲਿਊ ਡੀ ਮਹਿਕਮੇ ਨੂੰ ਚਾਹੀਦਾ ਸੀ ਕਿ ਵੀ ਪਹਿਲਾਂ ਜਿਹੜੇ ਖੰਭੇ ਆ ਉਹਨਾਂ ਨੂੰ ਬਾਹਰ ਲਾਉਂਦੇ। ਹਾਂਜੀ, ਇਹਨਾਂ ਨਾਲ ਐਕਸੀਡੈਂਟ ਹੋਣ ਦਾ ਖਤਰਾ ਜੀ, ਤੇ ਰੋਡ ਸਹੀ ਨਹੀਂ, ਉੱਚੀ ਨੀਵੀਂ ਵੱਜੀ। ਅੱਛਾ, ਰੋਡ ਵੀ ਜਿਹੜੀ ਆ ਉਹ ਸਹੀ ਤਰੀਕੇ ਨਾਲ ਨਹੀਂ ਵੱਜੀ, ਸਾਈਡਾਂ ਤੋਂ ਨੀਵੀਂ ਬਹੁਤੀ ਆ, ਕਿਤੇ ਉੱਚੀ ਕਿਤੇ ਨੀਵੀਂ। ਕੋਈ ਜਵਾਬ ਹੀ ਨਹੀਂ ਦਿੱਤਾ, ਕੰਮ ਰੋਡ ਬਣਾਉਣ ਦਾ। ਠੀਕ ਹੈ।